किस तरह का ਤੁਹਾਡੇ ਨਾਲ ਪਿਆਰ ਦੀ ਸੰਬੰਧ ਹੈ? ਲਾਸਟ ਟਾਈਮ ਕਦੋਂ ਗੱਲ ਹੋਈ ਸੀ ਉਹਨਾਂ ਨਾਲ? ਸਾਡਾ ਸਮਰਾਲੇ ਬਹੁਤ ਪੁਰਾਣਾ ਸਹਿਜ ਜੀ, ਡਾਕਟਰ ਸ਼ਾਹੀ ਸੁਖੀ ਜੀ, ਅਸੀਂ ਇਕੱਠੇ ਪੜ੍ਹਦੇ ਸੀ ਜੀ। ਜਾਣ ਤੋਂ ਪਹਿਲਾਂ ਮਾਨ ਸਾਹਿਬ ਕਦੋਂ ਗੱਲ ਹੋਈ ਸਾਡਾ ਇੱਥੇ ਆਉਣਾ ਜਾਣਾ ਹੋ ਗਿਆ ਸਮਰਾਲੇ ਜੀ? ਮਿੱਕੀ ਵੀ ਸਾਡਾ ਬੜਾ ਪਿਆਰਾ ਮਿੱਤਰ ਹੈ ਜੀ। ਉੱਥੇ ਫਿਰ ਮਾਸਟਰ ਜੀ ਤੇ ਮਨਜੀਤ ਜੀ ਬੱਬਲ ਦੇ ਜਿਹੜੇ ਫਾਦਰ ਹੈ ਉਹ ਬੈਠਦੇ ਹੁੰਦੇ ਸੀ ਨਾ ਕੋ ਇਹਨਾਂ ਕਰਕੇ ਫਿਰ ਸਾਡਾ ਉਹਨਾਂ ਨਾਲ ਮਿੱਤਰਤਾ ਹੋ ਗਈ। ਬਹੁਤ ਉਹਦੇ ਪਿਆਰ ਬੜਾ। ਆਖਰੀ ਵਾਰ ਮੁਲਾਕਾਤ ਕਦੋਂ ਹੁੰਦੀ ਹੈ? ਗੱਲ 4 ਦਿਨ ਪਹਿਲੇ ਗੱਲ ਹੋਈ ਹੈ ਸੀ, ਫਿਲਮ ਲਿਖੀ ਜਾਂਦੀ ਬੈਠੇ। ਇੱਕ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਨਵੀਂ ਫਿਲਮ ਵੀ ਕਰ ਰਹੇ ਸੀ ਉਹਨਾਂ ਦੇ ਲਈ, ਲਿਖ ਰਹੇ ਸੀ ਤੁਹਾਡੇ ਲਈ ਕੋਈ ਨਵੀਂ ਫਿਲਮ